ਜੀ ਸਤਿ ਸ਼੍ਰੀ ਅਕਾਲ ਜੀ ਆ ਜੋ ਮਲਾਉਣੇ ਆਪਾਂ ਅੱਜ ਸੁਣੋ ਇੱਕ ਨਵੀਂ ਗੱਲਬਾਤ ਦੇ ਨਾਲ ਜਿਹੜੀ ਚੀਜ਼ ਤੁਸੀਂ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਨਾ ਅੱਜ ਤੁਸੀਂ ਮੌਸਮ ਦੇਖ ਲਓ ਕਿ ਕਿਹੋ ਜਿਹਾ ਤੇ ਕੀ ਗੱਲਬਾਤ ਤੇ ਕਾਫੀ ਦਿਨਾਂ ਬਾਅਦ ਦਿਨ ਹੈਗਾ ਸੋਹਾ ਤੇ ਤਾਂ ਹੀ ਮੈਂ ਕਿਹਾ ਚੱਲੀਏ ਤੇ ਅੱਜ ਗੇੜਾ ਫੜਾ ਲਾ ਕੇ ਹੀ ਦਿਖਾਈਏ ਤੁਹਾਨੂੰ ਤੇ ਜਿਹੜੀ ਇਹ ਚੀਜ਼ ਹੈ ਨਾ ਕਈ ਸਾਲਾਂ ਬਾਅਦ ਇਹੋ ਜਿਹਾ ਕੁਝ ਨਜ਼ਾਰਾ ਦੇਖਣ ਨੂੰ ਮਿਲਦਾ ਸਮਝ ਲਓ ਕੈਨੇਡਾ ਦੇ ਵਿੱਚ ਤੇ ਅੱਜ ਇਸ ਗੱਲ ਨੂੰ ਬਹੁਤ ਸਾਲਾਂ ਬਾਅਦ ਇਹ ਚੀਜ਼ ਅੱਜ ਦੇਖਣ ਨੂੰ ਮਿਲੀ ਹੈ ਠੀਕ ਹੈ ਨਾ ਤੇ ਆ ਜਾਓ ਆਪਾਂ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਹੁਣ ਆਪਾਂ ਆ ਮਾਰੋ ਬਈ ਸਾਹਮਣੇ ਪਾਸੇ ਨਿਗਾਹ ਤੇ ਤੁਸੀਂ ਆ ਦੇਖ ਲਓ ਵੀ ਕੈਨੇਡਾ ਦੇ ਵਿੱਚ ਸਾਡੇ ਮੈਨੀਟੋਬਾ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਕਈ ਸਾਲਾਂ ਬਾਅਦ ਇਹ ਜਿਹਾ ਨਜ਼ਾਰਾ ਦੇਖਣ ਨੂੰ ਮਿਲਦਾ ਇੱਕ ਤਰ੍ਹਾਂ ਦਾ ਨਜ਼ਾਰਾ ਤੇ ਕ੍ਰਿਸ਼ਮਈ ਹੈ ਜਿਹੜਾ ਤੁਸੀਂ ਅੱਜ ਇਹ ਦੇਖ ਰਹੇ ਹੋ ਬਈ ਤੇ ਤੁਸੀਂ ਇਹ ਦੇਖ ਲਓ ਵੀ ਅੱਜ ਦਸੰਬਰ ਹੋ ਗਈ 6 ਠੀਕ ਹੈ ਜੀ ਤੇ 6 ਦਸੰਬਰ ਨੂੰ ਵੀ ਤੁਸੀਂ ਇਹ ਦੇਖ ਲਓ ਵੀ ਇਹ ਜਿਹੇ ਦਿਨ ਤੇ ਇਹ ਜਿਹਾ ਮੌਸਮ ਦੇਖਣ ਨੂੰ ਇਹ ਕਈ ਸਾਲਾਂ ਬਾਅਦ ਸਮਝ ਲਓ ਅੱਜ ਇਹ ਦਿਨ ਆਇਆ ਤੁਸੀਂ ਇਹ ਜਿਹਾ ਸਮਾਂ ਆਉਂਦਾ ਕਈ ਸਾਲਾਂ ਬਾਅਦ ਇਹੋ ਜਿਹਾ ਸਾਲ ਆਉਂਦਾ ਸਮਝ ਲਓ ਠੀਕ ਹੈ ਨਾ ਤੇ ਵੀ ਕਹਿੰਦੇ ਪਰ ਇਹ ਕਿਸਾਨਾਂ ਵਾਸਤੇ ਹੈਗਾ ਮਾੜਾ ਟਾਈਮ ਇਹ ਹੁੰਦਾ ਜਿਹੜਾ ਇੱਥੇ ਮੰਨਿਆ ਜਾਂਦਾ ਤੇ ਪਰ ਤੁਸੀਂ ਇਹ ਦੇਖ ਲਓ ਵੀ ਨਵੰਬਰ ਦੇ ਵਿੱਚ ਸਨੋਹ ਪਈ ਸੀ ਸਿਰਫ 2 ਦਿਨ ਕਿ 3 ਦਿਨ ਤੇ ਉਸ ਤੋਂ ਬਾਅਦ ਸਾਰਾ ਤੁਸੀਂ ਨਵੰਬਰ ਤੇ ਸਾਰੀ ਆ ਦਸੰਬਰ ਚੜ੍ਹਦੀ ਪਲੱਸ 'ਚ ਹੀ ਰਿਹਾ ਵੈਦਰ ਤੇ ਤੁਸੀਂ ਇਹ ਦੇਖ ਲਓ ਵੀ ਅੱਜ ਵੀ ਘਾਹ ਘੂ ਤੇ ਸਾਰੇ ਤੇ ਆ ਦੇਖੋ ਇਹ ਦਿਲਕਸ਼ ਨਜ਼ਾਰਾ ਇਹ ਕਿਸਮਤ ਨਾਲ ਹੀ ਸਮਝ ਲਓ ਜੇ ਠੰਡ ਨਾ ਮਿਲੇ ਤਾਂ ਸਮਝ ਲਓ ਤੁਸੀਂ ਲੱਕੀ ਹੋ ਵੀ ਜਿਹਨੂੰ ਕਿ ਜਿਹੜਾ ਬੰਦਾ ਵਿਨੀਪੈਗ ਦੀ ਸਨੋਹ ਤੋਂ ਮੈਨੀਟੋਬਾ ਦੀ ਠੰਡ ਤੋਂ ਬਚਿਆ ਹੋਇਆ ਜਿੰਨਾ ਟਾਈਮ ਤੇ ਉਹ ਸਮਝ ਲਓ ਕਿਸਮਤ ਵਾਲਾ ਹੀ ਆ ਵੀ ਨਹੀਂ ਤਾਂ ਆਹ ਦਿਨਾਂ ਦੇ ਵਿੱਚ ਤੁਸੀਂ ਪਿਛਲੇ ਲਾਸਟ ਈਅਰ ਦੀਆਂ ਵੀਡੀਓ ਦੇਖੋਗੇ ਲਾਸਟ ਸਾਲ ਦੀਆਂ ਤਾਂ ਤੁਸੀਂ ਦੇਖ ਲਿਓ ਵੀ ਇੱਥੇ 5-5 ਫੁੱਟ ਸਨੋਹ ਚੜੀ ਹੋਈ ਸੀ ਆਹ ਦਿਨਾਂ ਦੇ ਵਿੱਚ ਤੇ ਪਰ ਤੁਸੀਂ ਅੱਜ ਦੀ ਸਥਿਤੀ ਇਹ ਹੈ ਵੀ ਆਹ ਸਾਰੇ ਘਰਾਂ ਦੇ ਪੂਰੇ ਸਾਰੇ ਘਾਹ ਘੂ ਹਰੇ ਪਏ ਆ ਤੇ ਆਹ ਫਿਰਦੇ ਆਪਾਂ ਸਕੂਟਰ ਦਾ ਵੀ ਠੀਕ ਹੈ ਨਾ ਤੇ ਹੁਣ ਆਪਾਂ ਮੈਂ ਕਿਹਾ ਵੀ ਦਿਨ ਸੋਹਣਾ ਤੇ ਅੱਜ ਚੱਲਦੇ ਅੱਜ ਸਕੂਟਰ ਤੇ ਚੱਲਦੇ ਫਿਰ ਕਾਫੀ ਕੂਫੀ ਪੀ ਕੇ ਆਉਂਦੇ ਆ ਟਿਮ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਮਾਹੌਲ ਤੇ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਬਾਹਰਲੀਆਂ ਤੇ ਕੀ ਕੰਮ ਹੈ ਤੇ ਕੀ ਸਿਸਟਮ ਚੱਲੀ ਜਾਂਦਾ ਤੇ ਆਹ ਪਤਾ ਨਹੀਂ ਕੀ ਲੱਗੇ ਪਏ ਆ ਕਰਨ ਜੇ ਪਾਈਪ ਬਲੋਕੇਜ ਆ ਬਈ ਇਹਨਾਂ ਦੀ ਕੋਈ ਉਹਨੂੰ ਖੋਲੀ ਜਾਂਦੇ ਆ ਇਹ ਠੀਕ ਹੈ ਨਾ ਇਹੀਆਂ ਗੱਲਾਂ ਬਾਤਾਂ ਤੇ ਇਹੋ ਜਿਹਾ ਮਾਹੌਲ ਹੋਇਆ ਪਿਆ ਕਹਿੰਦੇ ਇਸ ਟਾਈਮ ਜਿਹੜਾ ਹੈਗਾ ਕੈਨੇਡਾ ਦਾ ਠੀਕ ਹੈ ਨਾ ਜੀ ਤੇ ਤੁਸੀਂ ਇਹ ਦੇਖ ਲਓ ਵੀ 6 ਦਸੰਬਰ ਨੂੰ ਵੀ ਕਿਸੇ ਪਾਸੇ ਕੋਈ ਸਨੋਹ ਤੇ ਕੋਈ ਗੱਲਬਾਤ ਨਹੀਂ ਕਿਸੇ ਪਾਸੇ ਦੀ ਆ ਦੇਖੋ ਯਾਰ ਮਾਰੋ ਚਾਰੇ ਪਾਸੇ ਨਿਗਾਹ ਤੇ ਹਰੇ ਬਾਈ ਹਰੇ ਤੱਕ ਚਮਕਦੀ ਆ ਸਾਰੇ ਪਾਸੇ ਠੀਕ ਹੈ ਨਾ ਆ ਜਾਓ ਤੇ ਆਪਾਂ ਹੁਣ ਗਾਂਹ ਸੁਣ ਟਿਮ ਵਾਲੇ ਪਾਸੇ ਨੂੰ ਚੱਲਦੇ ਹਾਂ ਤੇ ਦੇਖਦੇ ਹਾਂ ਵੀ ਕੀ ਰੌਣਕਾਂ ਹੈ ਤੇ ਉੱਥੇ ਕੀ ਮਾਹੌਲ ਆ ਤੇ ਕਿਹੜੇ ਕਿਹੜੇ ਚੋਬਰ ਆਪਾਂ ਨੂੰ ਮਿਲਦੇ ਆਪਾਂ ਪਹੁੰਚਦੇ ਹਾਂ ਟਿਮ ਤੇ ਹੁਣ ਆ ਜਾਓ ਠੀਕ ਹੈ ਜੀ ਉੱਥੇ ਕਰਦੇ ਹਾਂ ਗੱਲਾਂ ਬਾਤਾਂ ਫਿਰ ਸਾਥੀਆਂ ਨਾਲ ਵੀ ਜਿਹੜਾ ਇਹ ਨਜ਼ਾਰਾ ਬਾਈ ਇਹ ਕਈ ਸਾਲਾਂ ਬਾਅਦ ਮਿਲਦਾ ਦੇਖਣ ਨੂੰ ਠੀਕ ਹੈ ਨਾ ਵੀ ਜਿਹੜਾ ਦਸੰਬਰ ਦੇ ਵਿੱਚ ਵੀ ਤੇ ਸਨੋਹ ਨਾ ਹੋਣੀ ਤੇ ਘਾਹ ਹਰੇ ਪਾਸੇ ਤੇ ਸਾਰੇ ਪਾਸੇ ਵਧੀਆ ਇੱਕ ਨੰਬਰ ਜਿਹਨੂੰ ਕਹਿੰਦੀ ਇੱਕ ਨੰਬਰ ਮਾਹੌਲ ਆ ਇਹ ਇੱਕ ਨੰਬਰ ਮਾਹੌਲ ਹੈ ਕੈਨੇਡਾ ਦਾ ਤੇ ਮੇਰੇ ਹਿਸਾਬ ਦੇ ਵਿੱਚ ਬੰਦਾ ਕਿਸਮਤ ਵਾਲਾ ਹੀ ਆ ਜਿਹੜਾ ਜਿਹੜਾ ਬੰਦਾ ਜਿਹੜਾ ਕੋਈ ਆ ਪਹਿਲੇ ਸਾਲ ਆਇਆ ਹੋਊ ਹੈ ਨਾ ਮੈਨੀਟੋਬਾ ਵਿਨੀਪੈਗ ਦੇ ਵਿੱਚ ਪਹਿਲੇ ਸਾਲ ਆਇਆ ਜਿਹਦਾ ਪਹਿਲਾ ਸਾਲ ਆ ਸਮਝ ਲਓ ਉਹਦੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੈ ਵੀ 12ਵੇਂ ਮਹੀਨੇ ਤੱਕ ਦਸੰਬਰ ਤੱਕ ਵੀ ਕ੍ਰਿਸਮਸ ਆਉਣ ਵਾਲੀ ਹੈ ਤੇ ਠੰਡ ਦੀ ਵਾਲੀ ਐਡੀ ਗੱਲਬਾਤ ਨਹੀਂ ਆ ਠੀਕ ਹੈ ਟੋਪੀ ਟੁਪੀ ਤੋਂ ਬਚਣ ਵਾਸਤੇ ਜ਼ਰੂਰੀ ਆਪਾਂ ਰਸ਼ੀਅਨ ਟੋਪੀ ਜੀ ਲਈ ਹੋਈ ਹੈ ਅਤੇ ਕਿਉਂਕਿ ਪਰ ਪਤਾ ਵੀ ਕੁਛ ਨਹੀਂ ਹਵਾ ਕਦੋਂ ਚੱਲ ਪਏ ਅਤੇ ਠੰਡ ਕਦੋਂ ਹੋ ਜਾਵੇ ਪੂਰੀ ਅਤੇ ਤਾਂ ਕਰਕੇ ਫਿਰ ਜਿੰਨਾ ਕੁ ਬਚਾਅ ਪਰਹੇਜ਼ ਇੱਥੇ ਜ਼ਰੂਰੀ ਹੈ ਇੱਥੇ 3W ਤਾਂ ਮਸ਼ਹੂਰ ਹੈ ਬਈ ਵੂਮੈਨ ਵੈਦਰ ਅਤੇ ਵਰਕ ਉਹਦੇ ਤੋਂ ਬਚਣ ਵਾਸਤੇ ਅਤੇ ਸਾਰੀਆਂ ਸਹੂਲਤਾਂ ਅਪਣਾਉਣੀਆਂ ਚਾਹੀਦੀਆਂ ਮੇਰੇ ਹਿਸਾਬ ਦੇ ਵਿੱਚ ਜੇ ਤੁਸੀਂ 3W ਤੋਂ ਬਚ ਗਏ ਤਾਂ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਸਮਝ ਲਓ ਕਿਤੇ ਮਾਰ ਨਹੀਂ ਖਾਂਦੇ ਠੀਕ ਹੈ ਜੀ ਇਹ ਗੱਲਬਾਤ ਹੈ ਕੈਨੇਡਾ ਦੀ ਵੀ 3W ਤੋਂ ਬਚਿਆ ਕਰੋ ਅਤੇ ਆ ਜਾਓ ਆਪਾਂ ਹੁਣ ਟਿਮਕ ਨਹੀਂ ਚੱਲਦੇ ਹਾਂ ਕਾਫੀ ਪੀਂਦੇ ਹਾਂ ਉੱਥੇ ਅਤੇ ਦੇਖਦੇ ਹਾਂ ਆਪਣੇ ਮਿੱਤਰ ਬੇਲੀ ਕਿਹੜੇ ਕਿਹੜੇ ਗਰੁੱਪ ਮੈਂਬਰ ਆਉਂਦੇ ਆ ਅਤੇ ਲਾਉਣੇ ਆ ਫਿਰ ਉੱਥੇ ਨਜ਼ਾਰਾ ਦੇ ਰਾਈਫਲ ਠੀਕ ਹੈ ਜੀ ਆ ਜਾਓ ਚੱਲਦੇ ਹਾਂ ਜੀ ਟਿਮ 'ਤੇ ਗਏ ਹਾਂ ਪਹੁੰਚ ਆਪਾਂ ਅਤੇ ਬੰਦਾ ਕੋਈ ਦਿਖ ਨਹੀਂ ਰਿਹਾ ਫੋਨ ਕਰਿਆ ਕਹਿੰਦੇ ਕੰਮਾਂ ਕੁੰਮਾਂ 'ਚ ਫਿਰਦੇ ਹਾਂ ਦੇਖੋ ਆਉਂਦਾ ਕਿਹੜਾ ਆਉਂਦਾ ਆਪਣੇ ਕੋਲ ਠੀਕ ਹੈ ਨਾ ਕਾਫੀ ਕੁਫੀ ਪੀ ਕੇ ਤਾਂ ਲਾਉਣੇ ਆ ਮਹਿਫਲ ਅਤੇ ਬਾਕੀ ਦਿਨ ਬਹੁਤ ਸੋਹਣਾ ਵੀ ਨਿਗਾ ਮਾਰੋ ਚੱਲ ਟਿਮ ਦੇਖੋ ਤੁਸੀਂ ਕਿਵੇਂ ਫੁੱਲ ਹੋਇਆ ਖੜਾ ਦਿਨ ਸੋਹਣੇ ਕਰਕੇ ਦੇਖੋ ਵੈਦਰ ਸੋਹਣਾ ਹੈ ਵੀ ਗਰਮੀ ਹੈ ਜੇ ਪਲੱਸ 8-9-10 ਅੱਜ ਅਤੇ 9-10 ਦੇ ਵਿੱਚ ਇਹੋ ਜਿਹਾ ਮਾਹੌਲ ਤੇ ਇਹੋ ਜਿਹੀ ਗੱਲਬਾਤ ਹੈ ਅਤੇ ਸੋਹਣਾ ਦਿਨ ਹੈ ਅਤੇ ਤੁਸੀਂ ਇਹ ਦੇਖੋ ਵੀ ਮਹਿਫਲ ਚੁੱਬਰ ਆ ਦੇਖੋ ਗੋਰਿਆ ਭਰੀ ਖੜੀ ਆ ਪਾਰਕਿੰਗ ਸਾਰੀ ਠੀਕ ਹੈ ਨਾ ਇਹੋ ਜਿਹੀ ਗੱਲਬਾਤ ਹੈ ਅਤੇ ਆਉਣ ਦਿਓ ਫਿਰ ਆਪਾਂ ਦੇਖਦੇ ਹਾਂ ਫਿਰ ਕੀ ਮਾਹੌਲ ਅਤੇ ਕੀ ਗੱਲਬਾਤ ਬਣਦੀ ਹੈ ਠੀਕ ਹੈ ਜੀ ਦਰਖਤ ਦੋ ਤੁਸੀਂ ਦੇਖ ਲਓ ਸਾਰੇ ਦਰਖਤ ਸੁੱਕ ਗਏ ਕਿਉਂਕਿ ਮਾਈਨਸ ਰਾਤ ਨੂੰ ਜਿਹੜਾ ਹੁੰਦਾ ਮਾਈਨਸ 7-8 ਹੁੰਦਾ ਟੈਂਪਰੇਚਰ ਜਿਹੜਾ ਹੁੰਦਾ ਰਾਤ ਦਾ ਅਤੇ ਇਸ ਵੇਲੇ ਜਿਹੜਾ ਹੁੰਦਾ ਅੱਜ ਹੁਣ ਤਾਂ ਵੈਸੇ 5-6 ਆਮ ਹੀ ਹੈਗਾ ਪਰ ਅੱਜ ਥੋੜ੍ਹਾ ਜ਼ਿਆਦਾ ਸਕੂਟਰ ਵਾਲਾ ਦਿਨ ਜਾ ਸੀਗਾ ਮੈਂ ਕਿਹਾ ਵੀ ਹਵਾ ਵੀ ਹੈ ਨਹੀਂ ਅਤੇ ਸੋਹਣਾ ਦਿਨ ਸੀ ਕਹਿਣ ਦਾ ਭਾਵ ਪਰ ਤੁਸੀਂ ਐਵੇਂ ਦਰਖਤਾਂ ਦਰੁੱਖਤਾਂ ਕਰਨੀ ਦੇਖਦੇ ਹਾਂ ਤਾਂ ਇਸ ਆਹ ਦਿਨ ਤਾਂ ਐਂ ਲੱਗਦਾ ਉਜੜਿਆ ਜਿਹਾ ਕਨੇਡਾ ਹੁੰਦਾ ਹੈ ਨਾ ਅਤੇ ਉਜੜਿਆ ਜਿਹਾ ਮੁਲਕ ਹੈ ਵੀ ਅਤੇ ਆਹ ਫਿਰਦੀਆਂ ਸਕੂਲ ਵੈਨਾਂ ਵੂਨਾਂ ਭੱਜੀਆਂ ਅਤੇ
ਉੱਥੇ ਹੀ ਆਪਾਂ ਹੁਣ ਚੱਲਦੇ ਹਾਂ ਪਰਲੇ ਪਾਸੇ ਇੱਕ ਪਾਰਕ ਤੱਕ ਗੇੜਾ ਮਾਰ ਕੇ ਆਉਂਦੇ ਹਾਂ ਫਿਰ ਉਦੋਂ ਬਾਅਦ ਫਿਰ ਆ ਕੇ ਤੁਹਾਨੂੰ ਗੱਲਬਾਤ ਦਿਖਾਉਂਦੇ ਹਾਂ ਮਾਹੌਲ ਅਤੇ ਜਿਹੜੀ ਇਹ ਗੱਲਬਾਤ ਹੈ ਬਾਈ ਇਹ ਕਿਸਾਨਾਂ ਵਾਸਤੇ ਵੈਦਰ ਵੈਸੇ ਬਹੁਤਾ ਚੰਗਾ ਨਹੀਂ ਮੰਨਿਆ ਵੀ ਕਿਉਂਕਿ ਜਿਹੜੀ ਇੱਥੋਂ ਦੀ ਫਸਲ ਆ ਉਹ ਜ਼ਿਆਦਾ ਸਨੋਅ 'ਤੇ ਡਿਪੈਂਡ ਹੈਗੀ ਅਤੇ ਸਨੋਅ ਦੇ ਆਪਾਂ ਜਿਵੇਂ ਆਪਾਂ ਰੌਣੀ ਕਰਦੇ ਉਵੇਂ ਰੌਣੀ ਤਾਂ ਇੱਥੇ ਕਰਦੇ ਨਹੀਂ ਗੇ ਅਤੇ ਇੱਥੇ ਤਾਂ ਜਿਹੜੀ ਸਨੋਅ ਆ ਸਨੋਅ ਦੀ ਗਿੱਲ ਦੇ ਵਿੱਚ ਫਸਲ ਬੀਜੀ ਜਾਂਦੀ ਹੈ ਜਿਹੜੀ ਵੀ ਫਸਲ ਦੀ ਬਿਜਾਈ ਹੋਣੀ ਹੈ ਅਤੇ ਜੇ ਸਨੋਅ ਹੀ ਨਾ ਪਈ ਤਾਂ ਫਸਲਾਂ ਓਬਵੀਅਸ ਗੱਲ ਆ ਵੀ ਫਿਰ ਫਸਲਾਂ ਮਾੜੀਆਂ ਹੀ ਰਹਿਣੀਆਂ ਨਾ ਅਤੇ ਇਸ ਕਰਕੇ ਜ਼ਿਆਦਾਤਰ ਇੱਥੇ ਚਾਂਸ ਇਸ ਸਾਲ ਇਹ ਲੱਗਦੇ ਆ ਵੀ ਫਸਲ ਸ਼ਾਇਦ ਮਾੜੀ ਨਾ ਰਹਿ ਜੇ ਅਤੇ ਉਹ ਉਮੀਦ ਹੈਗੀ ਇਹਨਾਂ ਨੂੰ ਵੀ ਜਨਵਰੀ ਜੁਨਵਰੀ 'ਚ ਸਨੋਅ ਖਾਸੀ ਪੈਣੀ ਆ ਪਰ ਪਿੱਛੇ 'ਚ ਵੀ ਕੁਛ ਸਾਲ ਦੇ ਵਿੱਚ ਜਦੋਂ ਸਨੋਅ ਐਂ ਘੱਟ ਪਈ ਸੀ ਲੇਟ ਪਈ ਸੀ ਅਤੇ ਘੱਟ ਪਈ ਹੈ ਕਿਉਂਕਿ ਓਬਵੀਅਸ ਗੱਲ ਹੈ ਵੀ ਡੇਢ ਦੋ ਮਹੀਨੇ ਸਨੋਅ ਲੇਟ ਪੈਣਾ ਅਤੇ ਉਹ ਗੱਲ ਤਾਂ ਬਣਦੀ ਹੋਈ ਨਹੀਂ ਵੀ ਉਨੀ ਸਨੋਅ ਤਾਂ ਪੈਂਦੀ ਹੋਈ ਨਹੀਂ ਪਰ ਠੀਕ ਹੈ ਵੀ ਇਹਨਾਂ ਦੀਆਂ ਫਸਲਾਂ ਨਰਮ ਰਹਿਣਗੀਆਂ ਅਤੇ ਇਸ ਵਾਰ ਕੈਨੇਡਾ ਦੀਆਂ ਜਿਹੜੀਆਂ ਹੈਗੀਆਂ ਕਣਕਾਂ ਕੁਣਕਾਂ ਅਤੇ ਬਾਕੀ ਦੇਖੋ ਵਾਹਿਗੁਰੂ ਰੱਬ ਸੁੱਖ ਰੱਖੇ ਕੀ ਹਾਲਾਤ ਹੁੰਦੇ ਆ ਕੀ ਮਾਹੌਲ ਹੁੰਦੇ ਆ ਬਾਕੀ ਸਾਰੇ ਤੁਹਾਨੂੰ ਆਪਾਂ ਜਾਣੂ ਕਰਾਉਂਦੇ ਰਹਾਂਗੇ ਠੀਕ ਹੈ ਨਾ ਅੱਜ ਇੰਨਾ ਕੁ ਨਜ਼ਾਰਾ ਆ ਰਿਹਾ ਬਾਈ ਧੁੱਪ ਦੇ ਮੂਹਰੇ ਆ ਗਈ ਹਵਾ ਠੰਡੀ ਵੀ ਹੈ ਪਰ ਹੈਗੀ ਆ ਹਵਾ ਪਰ ਜ਼ਿਆਦਾਤਰ ਜਿਹੜੀ ਇੱਥੇ ਠੰਡ ਹੁੰਦੀ ਆ ਹਵਾ ਦੀ ਠੰਡੀ ਹੁੰਦੀ ਹੈ ਜੇ ਹਵਾ ਨਹੀਂ ਚੱਲਦੀ ਤਾਂ ਫਿਰ ਦਿਨ ਬਹੁਤ ਨਿੱਘਾ ਹੁੰਦਾ ਪਰ ਜਦੋਂ ਹਵਾ ਚੱਲਦੀ ਤਾਂ ਠੰਡ ਅਤੇ ਉਦੋਂ ਸਮਝ ਲਓ ਪੂਰੀ ਠੰਡ ਹੈਗੀ ਹਵਾ ਦੀ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ ਠੀਕ ਹੈ ਨਾ ਅਤੇ ਇਹੋ ਜਿਹੇ ਮਾਹੌਲ ਅਤੇ ਇਹ ਜਿਹੀਆਂ ਗੱਲਾਂ ਬਾਤਾਂ ਬਾਕੀ ਸ਼ਾਮ ਵਾਲਾ ਮਾਹੌਲ ਦੇਖਣ ਦਾ ਲਾਈਟਾਂ ਲੁੱਟਾਂ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਪੂਰੀ ਲਾਈਟਿੰਗ ਹੋਈ ਵੀ ਹੈ ਮਤਲਬ ਕਿ ਹੋਰ ਵੀ ਵੱਖਰੀਆਂ ਵੱਖਰੀਆਂ ਲੋਕੇਸ਼ਨਾਂ ਜਿੱਥੇ ਲਾਈਟਿੰਗ ਕੀਤੀ ਹੋਈ ਆ ਅਤੇ ਕਦੇ ਆਪਾਂ ਤੁਹਾਨੂੰ ਸ਼ਾਮ ਨੂੰ ਵੀ ਰਾਤ ਨੂੰ ਵੀ ਚੱਲ ਕੇ ਦਿਖਾਵਾਂਗੇ ਆਹ ਦੇਖ ਲਓ ਵੀ ਜਿਹੜੇ ਪਾਰਕਾਂ ਦੇ ਵਿੱਚ ਐਂ ਰੌਣਕਾਂ ਦੇ ਪੂਰੀ ਚਹਿਲ ਮਹਿਲ ਹੁੰਦੀ ਆ ਸਮਰ ਸੀਜ਼ਨ ਦੇ ਵਿੱਚ ਅਤੇ ਹੁਣ ਆਹ ਦਿਨਾਂ ਦੇ ਵਿੱਚ ਕਾਂ ਬੋਲਦੇ ਪਏ ਹੈ ਇਹੋ ਜਿਹੀ ਇਹ ਹਾਲਾਤ ਵੀ ਹੋ ਜਾਂਦੇ ਆ ਕੈਨੇਡਾ ਦੇ ਵੀ ਜਿਵੇਂ ਕਰਫਿਊ ਲੱਗਿਆ ਹੁੰਦਾ ਇਹੋ ਜਿਹਾ ਮਾਹੌਲ ਹੋਇਆ ਪਿਆ ਤੁਸੀਂ ਦੇਖ ਲਓ ਠੀਕ ਹੈ ਨਾ ਜਿੱਥੇ ਬਾਈ ਇੱਥੇ ਆ ਸਾਈਡਾਂ ਦੇ ਤੁਸੀਂ ਦੇਖ ਲਓ ਵੀ ਪੰਜ ਪੰਜ ਫੁੱਟ ਦੇ ਢੇਰ ਹੋਣੇ ਸੀ ਆਹ ਦਿਨਾਂ ਦੇ ਵਿੱਚ ਅਤੇ ਆਹ ਦਿਨਾਂ ਦਾ ਪੂਰੀ ਸਨੋਅ ਪਈ ਜਾਂਦੀ ਹੁੰਦੀ ਆ ਅਤੇ ਤੁਸੀਂ ਅੱਜ ਦੀ ਸਥਿਤੀ ਦੇਖ ਲਓ ਵੀ ਹਾਲਾਤ ਅਤੇ ਮਾਹੌਲ ਇਹੋ ਜਿਹਾ ਹੈ ਨਾ ਵੀ ਕੁਦਰਤ ਇਹ ਚੀਜ਼ ਆ ਦੇਖ ਲਓ ਕਹਿੰਦੇ ਅਤੇ ਜਿਹੜਾ ਮੁਲਕ ਸਨੋਅ ਇਹ ਵੈਸੇ ਸਨੋਅ 'ਤੇ ਡਿਪੈਂਡ ਬਹੁਤ ਹੈ ਮੁਲਕ ਕਿਉਂਕਿ ਪਾਣੀ ਵੀ ਜ਼ਿਆਦਾਤਰ ਝੀਲਾਂ ਝੂਲਾਂ ਦੇ ਵਿੱਚ ਵੀ ਜਿਹੜਾ ਪਾਣੀ ਹੋਣਾ ਉਹ ਸਨੋਅ 'ਤੇ ਹੀ ਹੁੰਦਾ ਜ਼ਿਆਦਾਤਰ ਅਤੇ ਜਿੰਨਾ ਕੁ ਆਮ ਟਾਊਨਾਂ ਦੇ ਵਿੱਚ ਪਾਣੀ ਦੀ ਵਰਤੋਂ ਹੈ ਜਾਂ ਹੋਰ ਹੈ ਉਹ ਜ਼ਿਆਦਾਤਰ ਝੀਲਾਂ ਦਾ ਪਾਣੀ ਹੀ ਵਰਤਿਆ ਜਾਂਦਾ ਲਿਜਾ ਕੇ ਇਹਨਾਂ ਦਾ ਠੀਕ ਹੈ ਨਾ ਆਪਾਂ ਫਿਰ ਸਕੂਲ ਵਾਲੇ ਪਾਸੇ ਆ ਗਏ ਇੱਧਰ ਠੀਕ ਹੈ ਜੀ ਇਹ ਜੀ ਗੱਲਾਂ ਬਾਤਾਂ ਬਈ ਇੱਧਰਲੇ ਪਾਸੇ ਜਿਹੜੀ ਹੈਗੀ ਆ ਰੋਡ ਦੂਜੀ ਆ ਗਈ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਮਾਂ ਪਿਓ ਨੇ ਜਵਾਕਾਂ ਨੂੰ ਆਦਿਆਂ ਨੂੰ ਪਿੱਕ ਕਰਨਾ ਉਹ ਇਸ ਰੋਡ 'ਤੇ ਆਉਣਗੇ ਤਾਂ ਕੋਈ ਇੱਧਰ ਗੱਡੀਆਂ ਲਾ ਕੇ ਅਤੇ ਜਿਹੜੀਆਂ ਵੈਨਾਂ ਅਤੇ ਜਿਹੜੀਆਂ ਆਉਂਦੀਆਂ ਸਮਝ ਲਓ ਸਕੂਲ ਬੱਸਾਂ ਆਉਂਦੀਆਂ ਉਹ ਸਕੂਲ ਬੱਸਾਂ ਆਉਂਦੀਆਂ ਇੱਧਰਲੇ ਪਾਸੇ ਉਹਦੇ ਕੋਲ ਇਸ ਸਾਈਡ 'ਤੇ ਠੀਕ ਹੈ ਨਾ ਅਤੇ ਇਹ ਕਾਲਜ ਆ ਵੈਸੇ ਗਾਰਡਨ ਵੈਲੀ ਅਤੇ ਇੱਥੇ ਜਿਹੜੀ ਗੱਲਬਾਤ ਹੈ ਇਸ ਤਰ੍ਹਾਂ ਬੱਸਾਂ ਜਿਹੜੀਆਂ ਇੱਥੇ ਆ ਕੇ ਲੱਗ ਜਾਂਦੀਆਂ ਇਹਨਾਂ ਨੇ ਆ ਦੇਖੋ ਠੀਕ ਹੈ ਨਾ ਇੱਥੋਂ ਬੱਚੇ ਜਿਨ੍ਹਾਂ ਨੇ ਚੜ੍ਹਨਾ ਉਹਨਾਂ ਟਾਈਮ ਫਿਕਸ ਆ ਡੋਡੀ ਏਰੀਏ ਨੇ ਬੱਸਾਂ ਦਾ ਉਹ ਉਨੇ ਉਨੇ ਜਵਾਕ ਆ ਕੇ ਉੱਥੇ ਐਂ ਚੜ੍ਹ ਜਾਂਦੇ ਹੈਗੇ ਅਤੇ ਬਸ ਉਹ ਫਿਰ ਉਦੋਂ ਬਾਅਦ ਸਭ ਨੂੰ ਘਰੋਂ ਘਰ ਡਰੋਪ ਕਰ ਦਿੰਦੀ ਹੈ ਠੀਕ ਹੈ ਜੀ ਅਤੇ ਆ ਜਾਓ ਆਪਾਂ ਫਿਰ ਐਂ ਨੂੰ ਚੱਲਦੇ ਹਾਂ ਵੀਰੇ ਉਹ ਅਤੇ ਇਹੋ ਜਿਹੇ ਮਾਹੌਲ 'ਤੇ ਇਹੋ ਜਿਹੀਆਂ ਗੱਲਾਂ ਬਾਤਾਂ ਮੈਸੀ ਫਰਕੂਸ਼ਨ ਨਾਲ ਬਾਈ ਛੋਟੇ ਜਿਹੇ ਨਾਲ ਇਹ ਟਾਇਰ ਵਾਲਾ ਪਾਇਆ ਕਰਾ ਅਤੇ ਐਂਗਲੀਆਂ ਭਰਦਾ ਫਿਰਦਾ ਠੀਕ ਹੈ ਨਾ ਰੋਡ ਦੇ ਸਾਈਡ ਦੇ ਵਾਸਤੇ ਤੁਸੀਂ ਦੇਖ ਲਓ ਵੀ ਇੱਥੇ ਜਿਹੜੇ ਟਰੱਕ ਖੜ੍ਹਦੇ ਆ ਸਟੋਪ ਸਾਈਨ 'ਤੇ ਚਾਹ ਚੂ ਕੋਫੀ ਕੋਈ ਪੀਣ ਨੂੰ ਟਾਈਮ ਵਾਲੇ ਅਤੇ ਟਾਇਰਾਂ ਵਾਲਾ ਕਰਾ ਪਾ ਕੇ ਅਤੇ ਆਹ ਦੇਖ ਲਓ ਵੀ ਤੁਸੀਂ ਸਾਈਡਾਂ 'ਤੇ ਆ ਸਾਰੇ ਨਾ ਸਾਰੇ ਟੋਏ ਟੂਏ ਆਏ ਭਰਦਾ ਫਿਰਦਾ ਇੱਥੋਂ ਤੱਕ ਮੈਂ ਧਿਆਨ ਧੋ ਰੱਖਦਾ ਅਤੇ ਇਹੋ ਜਿਹਾ ਮੱਛੀ ਆ ਮਾਰਦਾ ਗੋਰਾ ਵਿੱਚੋਂ ਸਲਾਮਾਂ ਠੀਕ ਹੈ ਨਾ ਇਹੋ ਜਿਹੀਆਂ ਗੱਲਾਂ ਬਤਾ ਦੇਖੋ ਇੱਧਰਲੇ ਪਾਸੇ ਇਹਨੇ ਪੱਧਰ ਕੀਤਾ ਵਾ ਪਹਿਲਾਂ ਕਿਤੇ ਅਤੇ ਅੱਜ ਉਹ ਮਾੜਾ ਮੋਟਾ ਜਿੰਨਾ ਕੁ ਰਹਿੰਦਾ ਉਹ ਸਾਰਾ ਇਹ ਕਰ ਚੁੱਕਾ ਆ ਜਾਓ ਆਪਾਂ ਤੁਹਾਨੂੰ ਮਗਰ ਚੱਲ ਕੇ ਦਿਖਾਉਣੇ ਹੁਣ ਉੱਧਰਲੇ ਪਾਸੇ ਆਪਦੇ ਠੀਕ ਹੈ ਨਾ ਐਂ ਫਿਰਦਾ ਚੋਪਰ ਗੱਭਰੂ ਕੰਮ ਕਰਦਾ ਕਹਿੰਦੇ ਠੀਕ ਹੈ ਜੀ ਆਹ ਦੇਖ ਲਓ ਬਾਈ ਇੱਥੋਂ ਤੱਕ ਇਹ ਐਂ ਛੋਟੀਆਂ ਛੋਟੀਆਂ ਗੱਲਾਂ ਦਾ ਚੀਜ਼ਾਂ ਦਾ ਐਂ ਧਿਆਨ ਰੱਖ ਲਿਆ ਹੈ ਨਾ ਵੀ ਸਾਈਡ 'ਤੇ ਕੱਚੇ ਦੇ ਵਿੱਚ ਵੀ ਉਖਲੀਆਂ ਜਿਹੜੀਆਂ ਪੈਂਦੀਆਂ ਵੀ ਉਹਨੂੰ ਕਿਵੇਂ ਭਰ ਦਿੰਦੇ ਹੈ ਨਾ ਅਤੇ ਮਿੱਟੀ ਸਿੱਟ ਕੇ ਪਹਿਲਾਂ ਇੱਕ ਮਿੱਟੀ ਸਿੱਟ ਗਿਆ ਮਿੱਟੀ ਸਿੱਟ ਕੇ ਅਤੇ ਹੁਣ ਆਹ ਦੇਖੋ ਇੱਥੇ ਆ ਪੱਧਰ ਕਰੀ ਜਾਂਦਾ ਹਾਲਾਂਕਿ ਰੋਡ ਦੀ ਸਾਈਡ ਹੈਗੀ ਸਾਈਡ 'ਤੇ ਤਾਂ ਵੀ ਇਹ ਹੁੰਦੇ ਵੀ ਬਹੁਤ ਲੈਣਾ ਕੀ ਹੈ ਪਰ ਫਿਰ ਵੀ ਦੇਖ ਲਓ ਇੱਥੋਂ ਤੱਕ ਤਾਂ ਇਹਨਾਂ ਦੀਆਂ ਗੱਲਾਂ ਬਾਤਾਂ ਦਾ ਕੰਮ ਦਾ ਜਿਹੜਾ ਹੈਗਾ ਲੋਕਾਂ ਦੇ ਫਿਕਰਮੰਦ ਹੈ ਵੀ ਲੋਕਾਂ ਵਾਸਤੇ ਉਹਨੂੰ ਖੜ੍ਹਨ ਨੂੰ ਪ੍ਰੋਪਰ ਸਹੀ ਤਰੀਕੇ ਦੀ ਥਾਂ ਜਾਂ ਕਿਵੇਂ ਬਣਾਉਣੀ ਆ ਜਾਂ ਸਹੀ ਤਰੀਕੇ ਦੀ ਹੈਗੀ ਹੈ ਥਾਂ ਕਿ ਨਹੀਂ ਹੈਗੀ ਵੀ ਇੱਥੇ ਆ ਸਟੋਪ ਸਾਈਨ ਦੇ ਉੱਤੇ ਦੇਖ ਲਓ ਇੱਥੇ ਖੜ੍ਹਨ ਦੇ ਖਾਤਰ ਇਹਨਾਂ ਨੇ ਸਾਰਾ ਮਿੱਟੀ ਮੁੱਟੀ ਪਾ ਕੇ ਠੀਕ ਹੈ ਨਾ ਆਹ ਥਾਂ ਭਰ ਦਿੱਤਾ ਇੱਧਰ ਆ ਟਿੰਬ ਦੇ ਨਾਲ ਇੱਧਰਲੇ ਪਾਸੇ ਆ ਟਿੰਬ ਹੋਟਲ ਹੈਗਾ ਠੀਕ ਹੈ ਨਾ ਇਹੋ ਜਿਹੀਆਂ ਗੱਲਾਂ ਬਾਤਾਂ ਆਹ ਛੋਟਾ ਜਿਹਾ ਮੈਸੀ ਹੈ ਐਂ ਲੱਗਿਆ ਆਪਣੇ ਬਾਈ ਜੀ
गेड़ा फेड़ा त्यादा शहर का काफ़ी दिनों बाद वीडियो चंगी लगी शेयर जरूर करो तो बाकी कमेंट करके दस्यो भी की गलबात कहे जा माहौल तो की गलबात है थोड़ा ठीक है जी। देख लो बी कुत्ते कत्तियां नूं शहरां दे बच्चे ऐ लई फिरदे सारे ठीक है ना मान लो ऐ गदड़ा आउंदे आ गए जी ऐ कि थला हाफ स्लीप कुत्ता भी बंदे नूं बौं बौं करदा जी भी बंदे नूं बंदा समझ नहीं रहा एक्टी वैदर सोहना ना तो भी मुड़कता अच्छ देख लो धुप्प च भी तो नहीं तो यह भी ग्राह चु नहीं निकलना होना हीट शेडी भी लेना ठीक है ना जी ये गल बात ध्यान देखो इधर खेत खुद पा के रखे पे सारे है ना आज मैं शहर के बचाले लाट आ बी किसी जमें आप कितने शहरी जमीन नहीं आई वाला खेत ध्यान देखो करोड़ों रुपया की है लाट आ जी खेत आ होगा तीन क किलिया का पटा या चार का होगा बस ये तो डालर ही डालर आ देख लो बई ये यहाँ गल्ला बात भी कई बंद इतने जो ज़्यादातर मौके ना इतने ऊँ पैसा नहीं बनता है जो तुम कनेडा के पैसा बनता पैसा कनेडा सिर्फ अं बनता भी कोई शहरी प्रॉपर्टी थोड़ी प्रॉपर्टी शहर के अंदर आ गई शहर वादे जा रहे इतों की फैलर दे है ना तो बस उत्थी दान लगता बई कि जोड़ा 5000 का किला हों फिर तुम ये ला लो भी 100 गज जगह भी फिर 60-70 हज़ार मिलती है फिर डॉलर न ठीक है ना यह जी गल बात बई ठीक है ना वो आप देखते हैं की कम करिए रोड के उत्ते आप यह चीज़ा दिखाने वास्ते वेले अच भी रहो आ रोड इन्होंने नवी उदो बनाई जाते आप पहले दिखाई हो तो देखो सारी रोड आ बनाती तो इधर आ घा का छिट्टा दिता पाया इधर देखो साइड से रोड बना के ना तो आ देखो आ रोड बना के बई आ घा बीजा होया देखो तुम ठीक है ना आ घा का छिट्टा दे के उपर आ पा देंगे होंगे यह पता नहीं की चीज़ है इधर घा सारा प्रॉपर एक तरीके हरा हो जाता है ठीक है ना ए गलबात ए कम का फर्क है इन्हों का भी ए नहीं भी कली सुकी सड़क बना के तुम ये देख लो भी यह जी गल बात ही छड़ते हैं ठीक है ना। इधर आ गई सी गड्डी पिछे तो आप हूँ चलते हैं लो भी मित्रों घर वाले पास आप आ गए हूँ अपनी स्ट्रीट के उत्ते बाकी तुम दस्यो वीडियो चंगी लगी तो ठीक है ना जी की कहना थोड़ा की गलबात है किमें लग्या माहौल सू अज का तो आह देख लो भाई साफ साफ पे सड़क से कोई बर्फ है चाह चढ़ तो पर बस ये दो तीन दिन ही है ये चाह दो तीन दिन स्नो डिग पैनी है उदू बाद सब कुछ जाम है ठीक है ना यह जो माहौल पैदा हो जाएंगे तो यह जी स्थितियां पैदा हो जाएगी आ गए अपने घर आप वीडियो बाकी शेयर कर दौ भाई जी।